ਦੋਨਾਂ ਨੂੰ ਉਂਗਲੀ ਫੜ ਕੇ ਲੈ ਜਾਣਾ। ਧੋਬੀ ਘਾਟ ਹੈ ਗਰਾਊਂਡ ਸਾਡੇ ਕੋਲ ਨਜ਼ਦੀਕ ਹੈ, ਉਹ ਤੁਰੇ ਜਾਂਦੇ ਨਾ, ਲਾਲਚ ਵੀ ਦੇਣਾ ਸਾਨੂੰ। ਉਹਨਾਂ ਨੇ ਟਾਫੀਆਂ ਪਾਈਆਂ ਹੁੰਦੀਆਂ ਸੀ ਜੇਬ 'ਚ, ਅਤੇ ਇੱਕ ਉਹ ਖਾਲਸਾ ਨੂੰ ਫੜਾ ਦੇਣੀ ਤਾਂ ਮੈਂ ਲੜਨਾ, ਮੈਨੂੰ ਕੋਈ ਨਹੀਂ ਦੇਣ ਡਿਆ। ਜੇ ਮੈਨੂੰ ਦੇਣੀ ਤਾਂ ਖਾਲਸਾ ਨੇ ਲੜਨਾ, ਕਿ ਉਹਨੂੰ ਦੇਣ ਡਿਆ, ਮੈਨੂੰ ਨਹੀਂ ਦੇਣ ਡਿਆ ਟਰੋਫੀ। ਅਤੇ ਇਸ ਤਰ੍ਹਾਂ ਫਿਰ ਧੋਬੀ ਘਾਟ ਤੱਕ ਚਲੇ ਜਾਣਾ ਉਹਨਾਂ ਨੇ ਲੈ ਕੇ, ਤੁਸੀਂ ਉੱਥੇ ਬੈਠ ਕੇ ਅਤੇ ਸਮਝਾਉਣਾ ਕਿ ਇਹ ਮਸਕੀ ਕੀ ਚੀਜ਼ ਹੈ, ਅਸੂਲ ਕੀ ਹੈ, ਰਾਗ ਕੀ ਹੈ, ਠਾਠ ਕੀ ਹੈ, ਵਾਦੀ ਸੰਵਾਦੀ ਕੀ ਹੈ, ਇਸ ਤਰੀਕੇ ਨਾਲ ਉਹਨਾਂ ਨੂੰ ਸਮਝਾਉਣਾ। ਅਤੇ ਉਹਦੇ ਬਾਅਦ ਫਿਰ ਜਦੋਂ ਅੱਬਾ ਜੀ ਦੀ ਡੈਥ ਹੋਈ, ਅਤੇ ਚੇਲਮ ਤੱਕ ਬੜੀ ਮਾਯੂਸੀ ਸੀਗੀ ਸਾਨੂੰ। ਕੋਈ ਕਾਫੀ ਲੋਕ ਗੱਲਾਂ ਕਰਦੇ ਵੀ ਇਸ ਖਾਨਦਾਨ ਦਾ ਕੀ ਬਣੇਗਾ, ਜਿਹੜਾ ਇਹਨਾਂ ਦਾ ਸਰਬਰਾਹ ਸੀ ਫਤਿਹ ਅਲੀ ਖਾਨ, ਉਹ ਤਾਂ ਫੌਤ ਹੋ ਗਏ ਨੇ। ਤਾਏ ਸਾਡੇ 80-90 ਸਾਲ ਦੀ ਉਮਰ ਦੇ ਸੀਗੇ ਤਾਏ ਦੋਨੇ, ਤਾਏ ਸਲਾਮਤ ਅਲੀ ਖਾਨ, ਤਾਏ ਮੁਬਾਰਕ ਅਲੀ ਖਾਨ। ਉਸ ਵਕਤ ਖਾਨ ਸਾਹਿਬ ਚੇਲਮ 'ਤੇ ਮੈਂ ਇੱਕ ਵਾਕਿਆ ਸੁਣਾਉਂਦਾ ਕਿ ਇੱਥੇ ਤਮਾਮ ਸ਼ਿਗਿਰਦ ਇਕੱਠੇ ਹੋਏ, ਦਸਤਾਰਬੰਦੀ ਹੋਣੀ ਸੀ ਖਾਨ ਸਾਹਿਬ ਦੀ। ਤੋ ਉਹ ਸ਼ਗਿਰਦਾਂ ਵਿੱਚ ਰਸ਼ੀਦ ਫਰੀਦੀ ਸੀ, ਉਹ ਕਹੇ ਖਲੀਫਾ ਕੋਈ ਇੱਦਾਂ ਨਹੀਂ ਪਗੜੀ ਬੰਨਣੀ, ਤੂੰ ਗਾ ਕੇ ਸੁਣਾ। ਤੂੰ ਉਦੋਂ ਗਾਉਂਦੇ ਨਹੀਂ ਸੀਗੇ ਬਿਲਕੁਲ, ਅਤੇ ਉਹ ਰੋਣ ਲੱਗ ਪਏ ਖਾਨ ਸਾਹਿਬ। ਅਖੀਰ ਉਹਨਾਂ ਨੇ ਕਿਹਾ ਚਲੋ ਕੋਈ ਗੱਲ ਨਹੀਂ ਰਹਿਣ ਦੇ, ਨਾ ਸੁਣੋ, ਦਸਤਾਰਬੰਦੀ ਕੀਤੀ ਉਹਨਾਂ ਨੇ। ਅਤੇ ਉਹ ਆ ਕੇ ਨਾ ਫਿਰ ਖਾਨ ਸਾਹਿਬ ਇੱਥੇ ਅੱਬਾ ਜੀ ਜਿੱਥੇ ਡੈਥ ਹੋਈ ਸੀ ਜਗ੍ਹਾ, ਉੱਥੇ ਹਾਰ ਫੁੱਲ ਪਏ ਹੁੰਦੇ ਸੀ, ਉੱਥੇ ਲੰਮੇ ਪੈ ਕੇ ਜੂੰ ਰੋਣ ਲੱਗੇ, ਬਹੁਤ ਰੋਏ, ਅਤੇ ਰੋਂਦੇ ਰੋਂਦੇ ਉੱਥੇ ਹੀ ਸੌਂ ਗਏ।